ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ ਕਿ ਕਾਫੀ ਸਮੇਂ ਤੋਂ ਗੁਰਮਤਿ ਵਿਚਾਰਾਂ ਸੁਣੀਆਂ ਨੇ ਲੇਕਿਨ ਫਤਿਹ ਢਿੱਲੀ ਹੈ, ਫਤਿਹ ਦੀ ਆਵਾਜ਼ ਹੀ ਨਹੀਂ ਆਈ। ਆਓ ਇੱਕ ਵਾਰੀ ਫਿਰ ਗਜਵਜ ਕੇ ਬੁਲਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਿੰਘ ਦੀ ਜਿਹੜੀ ਫਤਿਹ ਆ ਨਾ, ਉਹ ਢਿੱਲੀ ਨਹੀਂ ਹੋਣੀ ਚਾਹੀਦੀ, ਚੜ੍ਹਦੀ ਕਲਾ ਦੀ ਹੋਣੀ ਚਾਹੀਦੀ। ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਮਰ ਦਾ ਦਾਤ ਬਖਸ਼ਿਆ, ਹੁਣ ਡੱਲੇ ਦੀ ਆਪਾਂ ਸੁਣੀ ਸੀਗੀ ਸਾਰੇ ਜੀਵਨ ਬਾਰੇ ਵੀ ਡੱਲੇ ਨੇ ਕਿਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰੀਖਿਆ ਲਈ ਸੀ ਅਤੇ ਸਿੰਘਾਂ ਦੇ ਜਿਹੜੇ ਸੀ ਭਾਵੇਂ ਮਾੜੇ ਸੀ ਸਰੀਰ 'ਚ ਪਰ ਦਿਲ ਤੋਂ ਤਕੜੇ ਹੁੰਦੇ ਨੇ। ਸੋ ਮੈਂ ਜ਼ਿਆਦਾ ਵਿਚਾਰਾਂ ਤੋਂ ਨਾ ਜਾ ਕੇ ਆਪ ਜੀ ਨੇ ਲਗਾਤਾਰ ਕਾਫੀ ਸਮਾਂ ਹੋ ਗਿਆ ਬੈਠੇ 'ਚ। ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਆਪ ਗੁਰੂ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਟੇਜ 'ਤੇ ਬੈਠੇ ਸੰਤ ਬਾਬਾ ਰਾਮ ਸਿੰਘ ਜੀ, ਜਿਨ੍ਹਾਂ 'ਤੇ ਬੜੀ ਕਿਰਪਾ ਹੈ ਸਤਿਗੁਰ ਦੀ, ਬਹੁਤ ਹੀ ਇਲਾਕੇ ਨੂੰ ਦੁਨੀਆ ਨੂੰ ਇਹਨਾਂ ਨੇ ਗੁਰੂ ਸਾਹਿਬ ਨਾਲ ਜੋੜਿਆ ਹੈ। ਦਾਸ ਛੋਟੀ ਜਿਹੀ ਬੇਨਤੀ ਕਰੇਗਾ ਕਿ ਜੋ ਸਤਿਗੁਰੂ ਇਹ ਸਮਾਗਮਾਂ ਦੀ ਸੇਵਾਵਾਂ ਲੈਂਦੇ ਨੇ, ਪੰਥ ਚੜ੍ਹਦੀ ਕਲਾ ਨਾਲ ਸੇਵਾਵਾਂ ਕਰ ਰਹੇ ਹਾਂ, ਜਿੱਥੇ ਸੇਵਾਵਾਂ ਜ਼ਰੂਰੀਆਂ ਨੇ ਸਾਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਾਂਭਣਾ ਵੀ ਬਹੁਤ ਜ਼ਰੂਰੀ ਹੈ। ਇਸ ਵੱਲ ਵੀ ਸਾਡਾ ਧਿਆਨ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ ਅਤੇ ਅਸੀਂ ਕਿਉਂਕਿ ਇਹ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਹੈ, ਜਿਹੜੀ ਸਾਡੀ ਸ਼੍ਰੋਮਣੀ ਜਥੇਬੰਦੀਆਂ ਨੇ ਉਹ ਇਹੋ ਜਿਹੇ ਉਪਰਾਲੇ ਕਰਨ ਤਾਂ ਜੋ ਇਹ ਬਹੁਤ ਮਹਿੰਗੀ ਜਿਹੜੀ ਸਿੱਖਿਆ ਹੈ ਸਾਡੇ ਬੱਚੇ ਪ੍ਰਾਪਤ ਕਰ ਰਹੇ ਨੇ ਉਹਦੇ 'ਚ ਜਿਹੜੇ ਕੋਈ ਚਾਰ ਪੈਸੇ ਵਾਲੇ ਨੇ ਉਹੀ ਸਿੱਖਿਆ ਪ੍ਰਾਪਤ ਕਰ ਸਕਦੇ ਨੇ, ਲੇਕਿਨ ਆਮ ਸਿੱਖੀ ਨਾਲ ਜੁੜਨ ਵਾਸਤੇ ਉਹ ਕੋਈ ਇਹੋ ਜਿਹਾ ਉਪਰਾਲਾ ਨਹੀਂ ਹੈਗਾ ਕਿ ਜਿਹਦੇ ਨਾਲ ਸਾਡੇ ਬੱਚੇ ਜਿਹੜੇ ਨੇ ਉਹ ਗੁਰਮਤ ਨਾਲ ਜੁੜ ਸਕਣ। ਇਸ ਕਰਕੇ ਸਾਨੂੰ ਇਹ ਹੱਲਾ ਮਾਰਨਾ ਪਏਗਾ ਕਿ ਅਸੀਂ ਵੱਧ ਤੋਂ ਵੱਧ ਗੁਰਮਤਿ ਵਿਦਿਆਲਿਆ ਜਿਹੜੇ ਨੇ ਖੋਲ੍ਹੇ ਜਾਣ। ਅਸੀਂ ਵੇਖ ਰਹੇ ਹਾਂ ਇੱਕ ਮੁਸਲਮਾਨ ਕੌਮ ਜਿਹੜੀ ਹੈ ਥਾਂ ਥਾਂ 'ਤੇ ਮਦਰਸੇ ਨੇ ਜਿੱਥੇ ਉਸ ਕੇਵਲ ਅਤੇ ਕੇਵਲ ਧਾਰਮਿਕ ਸ਼ਿਕਸ਼ਾ ਹੀ ਦੇ ਰਹੇ ਨੇ ਔਰ ਉੱਥੇ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਅਤੇ ਫਰੀ ਔਫ ਕੋਸਟ ਪੜ੍ਹਾਉਂਦੇ ਨੇ। ਉਹਨਾਂ ਤੋਂ ਲਗਭਗ ਕਿਸੇ ਤਰ੍ਹਾਂ ਦਾ ਮੇਰੇ ਖਿਆਲ ਕੋਈ ਚਾਰਜ ਵੀ ਨਹੀਂ ਹੈਗਾ, ਜੇ ਹੋਣਾ ਤਾਂ ਬਹੁਤ ਘੱਟ ਹੀ ਹੋਣਾ, ਨਾ ਵਰਗਾ ਹੀ ਹੈ ਹੀ ਨਹੀਂ। ਵੀਰ ਜੀ ਵੀ ਕਹਿ ਰਹੇ ਨੇ ਕਿ ਚਾਰਜਿੰਗ ਨਹੀਂ ਹੈਗਾ, ਲੇਕਿਨ ਅੱਜ ਜਿਹੜੀਆਂ ਸੰਸਥਾਵਾਂ ਸਾਡੀ ਆਗੂ ਕਰਦੀਆਂ ਨੇ, ਅਸੀਂ ਅੱਗੇ ਨਰਸਰੀ ਕੇ ਜੀ ਦਾ ਬੱਚਾ ਵੀ ਪੜ੍ਹਾਉਣਾ ਹੋਵੇ ਉਹਦੇ ਵਾਸਤੇ ਆਪਾਂ ਨੂੰ ਬਹੁਤ ਵੱਡੀ ਫੀਸ ਦੇਣੀ ਪੈਂਦੀ ਹੈ। ਇਹ ਦੇਖ ਲਓ ਕਿ ਅਸੀਂ ਕਿੰਨੀ ਕੁ ਮਤਲਬ ਕਰ ਸਕਦੇ ਹਾਂ। ਠੀਕ ਹੈ, ਜਿਹੜੇ ਦੇ ਸਕਦੇ ਨੇ ਉਹ ਦੇਣ। ਮੈਨੂੰ ਇੱਕ ਗੱਲ ਬੜੀ ਸੋਹਣੀ ਲੱਗੀ ਹੈ, ਜਿਵੇਂ ਚੰਡੀਗੜ੍ਹ ਦੇ ਵਿੱਚ ਆਈਜ਼ ਹੋਸਪਿਟਲ ਖੁੱਲ੍ਹਿਆ, ਉੱਥੇ ਲਿਖਿਆ ਹੈ ਕਿ ਜਿਹੜਾ ਲੰਗਰ 'ਚ ਓਪਰੇਸ਼ਨ ਕਰਾਉਣਾ ਚਾਹੁੰਦਾ ਜਦੋਂ ਉਹ ਲੰਗਰ 'ਚ ਜਾ ਕੇ ਆਪਣਾ ਨਾਲ ਖਾਂਦਾ ਹੈ ਉਹਦੀ ਸਾਰੀਆਂ ਜਿਹੜੀਆਂ ਦਵਾਈਆਂ ਨੇ ਜੋ ਪੂਰਾ ਵੀ ਖਰਚਾ ਹੈਗਾ ਉਹਦਾ ਆਈਜ਼ ਦਾ ਹਰ ਤਰ੍ਹਾਂ ਦੇ ਓਪਰੇਸ਼ਨ ਨੇ ਉਹ ਫਰੀ ਹੋ ਜਾਂਦੇ ਨੇ। ਤਾਂ ਸਾਨੂੰ ਵੀ ਕੋਈ ਇਹੋ ਜਿਹਾ ਉਪਰਾਲਾ ਕਰਕੇ, ਠੀਕ ਹੈ ਜੇ ਆਪਾਂ ਕੋਈ ਵਿਦਿਆਲਿਆਂ 'ਚ ਫੀਸ ਰੱਖਣੀ ਵੀ ਚਾਹੁੰਦੇ ਹਾਂ ਤਾਂ ਇੱਕ ਮਿਨੀਮਮ ਫੀਸ ਰੱਖ ਕੇ ਇਹੋ ਜਿਹੀ ਫੀਸ ਹੋਵੇ ਕਿ ਪਹਿਲੀ ਵਾਰ ਤੋਂ ਹਰ ਬੰਦਾ ਅਫੋਰਡ ਕਰ ਪਾਏ। ਔਰ ਜਿਹੜਾ ਗੁਰੂ ਨਾਨਕ ਨੇਮ ਨਾਮ ਲੇਵਾ ਕੋਈ ਵੀ ਹੈ, ਜਿਹੜਾ ਗੁਰੂ ਦਾ ਸਿੱਖ ਬਣਨਾ ਚਾਹੁੰਦਾ, ਕਿਸੇ ਜਾਤ ਧਰਮ ਦਾ ਇੱਥੇ ਮਜ਼ਹਬ ਦਾ ਸਵਾਲ ਨਹੀਂ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਕਿਸੇ ਇੱਕ ਜਾਤੀ ਦੇ ਸਿੰਘਾਂ ਨੂੰ ਅੰਮ੍ਰਿਤ ਨਹੀਂ ਛਕਾਇਆ ਸੀ। ਉਹ ਵੱਖ ਵੱਖ ਜਾਤਾਂ ਦੇ ਸੀਗੇ, ਧਰਮਾਂ ਦੇ ਸੀਗੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੱਕੇ 'ਤੇ ਜਾ ਕੇ ਵੀ ਸਮਝਾਇਆ ਲੋਕਾਂ ਨੂੰ ਅਤੇ ਹਰਿਦੁਆਰ 'ਚ ਜਾ ਕੇ ਵੀ ਸਮਝਾਇਆ। ਅਤੇ ਸਾਡੀ ਫਿਲੋਸਫੀ ਕੀ ਹੈ, ਗੁਰੂ ਸਾਹਿਬ ਕੀ ਕਹਿ ਰਹੇ ਨੇ, ਅਵਲ ਅੱਲਾ ਨੂਰ ਹੋ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਲੇਕਿਨ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਸਾਨੂੰ ਸਿਪਾਹੀ ਬਣਾਇਆ ਹੈ, ਸੰਤ ਸਿਪਾਹੀ ਬਣਾਇਆ ਹੈ, ਖੰਡੇ ਬਾਟੇ ਦੇ ਅੰਮ੍ਰਿਤ ਛਕਾਏ ਨੇ, ਸਾਡੇ ਤਾਕਤ ਬਖਸ਼ੀ ਹੈ ਅਤੇ ਸਾਨੂੰ ਲੋੜ ਹੈ
ਅੱਜ ਜਾਗਰੂਕ ਹੋਣ ਦੀ, ਆਪਣੇ ਪਿੰਡਾਂ ਵਿੱਚ ਗੁਰਮਤਿ ਵਿਦਿਆਲਿਆ ਖੋਲ੍ਹਣ ਦੀ, ਆਪਾਂ ਇਹੋ ਜਿਹੇ ਕੋਈ ਉਪਰਾਲੇ ਕਰੀਏ ਜਿਸ ਨਾਲ ਕਿ ਅਸੀਂ ਆਪਣੀ ਜਿਹੜੀ ਪੀੜ੍ਹੀ ਹੈ, ਸਾਡੇ ਬੱਚੇ ਨੇ, ਅੱਜ ਤੁਸੀਂ ਵੇਖ ਰਹੇ ਹੋ ਅੰਗਰੇਜ਼ੀ ਸਕੂਲਾਂ 'ਚ ਜਾਂਦੇ ਨੇ, ਜੇ ਉਹਨਾਂ ਨੂੰ ਕੋਈ ਊੜਾ ਜਿਹੜਾ ਗੁਰਮੁਖੀ ਬਾਰੇ ਪੁੱਛਿਆ ਜਾਏ ਤਾਂ ਮੇਰੇ ਖਿਆਲ ਬਹੁਤ ਹੀ ਘੱਟ ਬੱਚੇ ਜਾਣਦੇ ਨੇ। ਹਾਲੇ ਕਿ ਸਰਕਾਰੀ ਸਕੂਲਾਂ 'ਚ ਪੰਜਾਬੀ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ, ਲੇਕਿਨ ਸਾਡੀ ਉਹਦੇ 'ਚ ਦੇਖ ਰੇਖ ਨਹੀਂ ਹੈਗੀ। ਕੀ ਹੁੰਦਾ ਹੈ ਕਿ ਕਹਿੰਦੇ ਟੀਚਰ ਹੀ ਨਹੀਂ ਹੈਗੇ, ਤੁਸੀਂ ਫਿਜ਼ੀਕਲ ਲੈ ਲਓ, ਤੁਸੀਂ ਹੋਰ ਸਬਜੈਕਟ ਲੈ ਲਓ, ਬੱਚਿਆਂ ਨੂੰ ਦੂਜੀ ਤਰ੍ਹਾਂ ਪ੍ਰੇਰਣਾ ਕਰ ਦਿੱਤੀ ਜਾਂਦੀ ਹੈ ਔਰ ਸਾਡੇ ਬੱਚੇ ਗੁਰਮੁਖੀ ਤੋਂ ਦੂਰ ਕਰ ਦਿੱਤੇ ਜਾਂਦੇ ਨੇ। ਇਹੋ ਜਿਹੇ ਉਪਰਾਲੇ ਜਿਹੜੇ ਨੇ, ਸਾਡੇ ਉੱਤੇ ਹਮਲੇ ਵੀ ਚੱਲ ਰਹੇ ਨੇ, ਤਾਂ ਸਾਨੂੰ ਇਹਨਾਂ ਤੋਂ ਸਾਵਧਾਨ ਹੋਣਾ ਪਵੇਗਾ ਅਤੇ ਸਾਨੂੰ ਜਾਗਰੂਕ ਹੋਣਾ ਪਵੇਗਾ। ਜ਼ਿਆਦਾ ਸਮਾਂ ਨਹੀਂ ਲੇਗਾ ਕਿਉਂਕਿ ਸਮਾਂ ਬਹੁਤ ਹੈਗਾ। ਇੱਕ ਗਿਆਨ ਰਤਨ ਪੱਤਰਿਕਾ ਦੀ ਵੀ ਸੇਵਾ ਸਤਿਗੁਰੂ ਨੇ ਲਈ ਹੈ, ਜੇ ਉਹ ਵੀ ਛਪਣੀ ਸ਼ੁਰੂ ਹੋਈ ਹੈ ਅਤੇ 23 ਜੁਲਾਈ ਦਾ ਵੱਡਾ ਸਮਾਗਮ ਖਰਿੰਡਵਾ ਵਿਖੇ ਰੱਖਿਆ ਗਿਆ ਹੈ। 15 ਮਈ ਨੂੰ ਹੁਣ ਤੁਸੀਂ ਲਾਈਵ ਵੇਖਿਆ ਹੋਣਾ ਕਰਤਾਰ TV 'ਤੇ, ਜੋ ਕਿ ਜੀ ਰੇੜੀ ਥੜਾ ਸਾਹਿਬ ਤੋਂ ਸਮਾਗਮ ਹੋਇਆ ਸੀ, ਉਹ ਵੀ ਸਤਿਗੁਰੂ ਨੇ ਸ੍ਰੀ ਅਕਾਲ ਸਾਹਿਬ ਸੇਵਾ ਸੋਸਾਇਟੀ ਤੋਂ ਸਵੇ ਲਈ ਸੀ ਹੁਣੇ 15 ਮਈ ਨੂੰ, ਅਤੇ 20 ਮਾਰਚ ਤੋਂ 28 ਮਾਰਚ ਤੱਕ ਮਹਾਨ ਨਗਰ ਕੀਰਤਨ ਇਸ ਸਾਲ ਮਨੀਕਰਨ ਸਾਹਿਬ ਤੱਕ ਗਿਆ ਹੈ। ਅਨੰਦਪੁਰ ਸਾਹਿਬ, ਮਨੀਕਰਨ ਸਾਹਿਬ 9 ਦਿਨ ਦਾ ਸੀਗਾ ਅਤੇ ਇਸ ਵਾਰ ਜਿਹੜਾ ਉਹ ਨਗਰ ਕੀਰਤਨ ਹੈ ਉਹ 2 ਤਖਤਾਂ 'ਤੇ ਜਾਵੇਗਾ। 25 ਨਵੰਬਰ ਦੀ ਤਰੀਕ ਰੱਖੀ ਗਈ ਹੈ ਅਤੇ 25 ਨਵੰਬਰ ਨੂੰ ਇੱਕ ਬਹੁਤ ਬੜਾ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਕੇ ਇਹ ਸਾਬੋ ਦੀ ਤਲਵੰਡੀ, ਅਕਾਲ ਤਖ਼ਤ ਸਾਹਿਬ ਅਤੇ ਇੱਧਰ ਸੁਲਤਾਨਪੁਰ ਲੋਧੀ, ਇਹ ਕਾਫੀ ਸਮਾਂ ਰੂਟ ਜਿਹੜਾ ਹੈ ਉਹ ਛੇਤੀ ਹੀ ਤੁਹਾਡੇ ਵਿੱਚ ਆ ਜਾਵੇਗਾ ਅਤੇ ਜਿਨ੍ਹਾਂ ਨੇ ਉਹਦੇ 'ਚ ਵੀ ਜਾਣਾ ਹੈ ਉਹ ਵੀ ਆਪਣਾ ਮਨ ਬਣਾ, ਕਿਉਂਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨੇ ਨੇ। ਲੇਕਿਨ ਇਹਨਾਂ ਤੋਂ ਜੋ ਸਾਨੂੰ ਹਿੰਮਤ ਮਿਲ ਰਹੀ ਹੈ, ਜੋ ਸੰਗਤਾਂ ਸਾਨੂੰ ਪਿਆਰ ਦੇ ਰਹੀਆਂ ਨੇ, ਉਡਾਣਾ ਸੰਗਤ ਨੇ ਬਹੁਤ ਇਸ ਵਾਰ ਪਿਆਰ ਦਿੱਤਾ ਹੈ, ਉਹਨਾਂ ਦਾ ਵੀ ਧੰਨਵਾਦ ਕਰਨ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਤਾਂ ਜੋ ਵੀ ਤੁਸੀਂ ਇਹ ਸਹਿਯੋਗ ਦੇ ਰਹੇ ਹੋ ਸ੍ਰੀ ਅਕਾਲ ਸੇਵਾ ਸੋਸਾਇਟੀ ਨੂੰ, ਤੁਹਾਡਾ ਇੱਕ ਇੱਕ ਜਿਹੜਾ ਪੈਸਾ ਹੈ ਉਹ ਕੇਵਲ ਅਤੇ ਕੇਵਲ ਪੰਥ 'ਤੇ ਖਰਚ ਹੋਵੇਗਾ। ਇਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਖੜਿਆ ਹੋ ਕੇ ਸੰਗਤ ਕਹਿੰਦਾ, ਸੰਗਤ ਵਿੱਚ ਦਾਸ ਕਹਿ ਰਿਹਾ। ਉਹ ਆਪਾਂ ਨੇ ਰਲ ਮਲ ਮਿਲ ਕੇ ਹੱਲਾ ਮਾਰਨਾ ਹੈ, ਤਾਂ ਇਹੋ ਜਿਹੇ ਗੁਰਮਤਿ ਪ੍ਰਚਾਰ ਦੇ ਕਾਰਜ ਕਰਨੇ ਨੇ। ਇੰਨੀ ਸੇਵਾ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟੀ ਜਿਹੀ ਬੇਨਤੀ ਕਿ ਸਤਿਗੁਰ ਨੇ ਇੱਕ ਸੇਵਾ ਹੋਰ ਲਈ ਹੈ। 15 ਮਈ ਨੂੰ ਸਮਾਗਮ ਹੋਇਆ ਸੀ ਅਤੇ 16 ਮਈ ਨੂੰ, 16 ਅਤੇ 17 ਮਈ 2 ਦਿਨ 'ਚ 500 ਬੱਚਿਆਂ ਨੂੰ ਗੁਰਮਤਿ ਮੁਕਾਬਲਿਆਂ ਵਾਸਤੇ ਤਿਆਰ ਕੀਤਾ ਗਿਆ, ਜੋ ਜੁਲਾਈ ਦੇ ਵਿੱਚ 7 ਜੁਲਾਈ ਨੂੰ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦ ਮਾਰਕੰਡਾ ਜੋ ਕਿ ਗੁਰਮਤਿ ਮੁਕਾਬਲੇ ਹੋਣਗੇ, ਅਤੇ ਬਵੈਣ ਦੇ ਵਿੱਚ 10 ਤਰੀਕ ਨੂੰ ਗੁਰੂ ਨਾਨਕ ਹਾਈ ਸਕੂਲ ਵਿਖੇ ਅਤੇ 12 ਤਰੀਕ ਨੂੰ ਟਾਟਕੀ ਪਿੰਡ ਹੈ ਉੱਥੇ ਮੁਕਾਬਲੇ ਹੋਣਗੇ ਅਤੇ 14 ਤਰੀਕ ਨੂੰ ਬਵੈਣ ਫਿਰ ਪੈਰਾਡਾਈਜ਼ ਸਕੂਲ ਵਿੱਚ ਮੁਕਾਬਲੇ ਹੋਣਗੇ। ਇਹ ਵੀ ਉਪਰਾਲੇ ਨਾਲ ਨੇ, ਅਸੀਂ ਹੁਣ ਪਿੰਡਾਂ 'ਚ ਜਾ ਕੇ ਇਹ ਉਪਰਾਲੇ ਸ਼ੁਰੂ ਕੀਤੇ ਨੇ ਅਤੇ ਜਿਹੜੀ ਉਹ ਪੱਤਰਿਕਾ ਛਪਦੀ ਹੈ ਉਹ ਅਸੀਂ ਘਰਾਂ 'ਚ ਨਾ ਵੰਡ ਕੇ ਬੱਚਿਆਂ 'ਚ ਵੰਡਣੀ ਸ਼ੁਰੂ ਕਰ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।